ਅਸਲਾਮ ਵਾਲੇਕਮ, ਕੀ ਹਾਲ ਚਾਲ ਹੈ ਦੋਸਤੋ? ਠੀਕ ਹੋ? ਮੇਰੇ ਕੋਲ ਆਏ ਨੇ ਜੀ ਮੇਰੇ ਬੜੇ ਪਿਆਰੇ ਦੋਸਤ, ਮੇਰੇ ਬੜੇ ਪਿਆਰੇ ਭਾਈ, ਮੇਰੇ ਬ੍ਰਦਰ ਇਨ ਲਾ ਨਵੇਦ ਭਾਈ ਸਿਆਲਕੋਟ ਤੋਂ। ਅਤੇ ਬੱਚਿਆਂ ਨੂੰ ਹੁਣ ਜਨਾਬ ਸਕੂਲੋਂ ਛੁੱਟੀਆਂ, ਅਤੇ ਆਪੇ ਵੀ ਈਦ ਨੂੰ ਕਰਨ ਡੇ ਨੇ ਜਨਾਬ ਫੁੱਲ ਇੰਜੋਏ। ਅਤੇ ਇਹਨਾਂ ਨੂੰ ਫੋਨ ਕੀਤਾ ਅਤੇ ਇਹਨਾਂ ਨੂੰ ਕਿਹਾ ਜਨਾਬ ਸਾਨੂੰ ਮੌਕਾ ਦੇਵੋ ਥੋੜ੍ਹਾ ਸਾਰਾ ਬੱਚਿਆਂ ਨੂੰ ਸੈਰੋ ਤਫਰੀਹ ਕਰਾਉਣ ਦਾ, ਅਤੇ ਸਾਡੇ ਕੋਲ ਆਓ। ਅਤੇ ਉਹਨਾਂ ਦਾ ਬੜਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜੀ ਉਹ ਟਾਈਮ ਕੱਢ ਕੇ ਖਸੂਸੀ ਜਿਹੜਾ ਨਾ ਸਾਡੇ ਕੋਲ ਆਏ ਨੇ। ਅਤੇ ਅੱਜ ਇਹਨਾਂ ਨੂੰ ਕਰਵਾਉਣਾ ਗਿਆ ਜੀ ਅਸੀਂ ਆਪਣੇ ਪਿੰਡ ਦੀ ਸੈਰ। ਅੱਛਾ, ਅਸਲਾਮ ਵਾਲੇਕਮ ਨਵੀਦ ਭਾਈ। ਵਾਲੇਕਮ ਸਲਾਮ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ, ਸ਼ੁਕਰ ਅੱਲਾ ਦਾ, ਅਲਹਮਦੁਲਿਲਾ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਹੀ ਜਨਾਬ ਈਦ ਮੁਬਾਰਕ। ਅਤੇ ਦੂਸਰਾ, ਤੁਸੀਂ ਆਪਣੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਜਨਾਬ ਦਿੱਤਾ, ਇਹਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਦੱਸੋ ਕਿਹੋ ਲੱਗਾ ਤੁਹਾਨੂੰ ਪਿੰਡ ਦੇ ਵਿੱਚ ਆ ਕੇ? ਪਿੰਡ 'ਚ ਆ ਕੇ ਬਹੁਤ ਖੁਸ਼ੀ ਹੋਈ ਹੈ। ਬੜੀ ਦੇਰ ਬਾਅਦ ਮੈਂ ਇਹੋ ਜਿਹਾ ਮਾਹੌਲ ਦੇਖਿਆ ਪਿੰਡ ਵਿੱਚ ਆ ਕੇ। ਜੀ ਜੀ, ਬਹੁਤ ਮਜ਼ੇਦਾਰ ਪਿੰਡ ਦਾ ਮਾਹੌਲ ਹੈ, ਖੁੱਲ੍ਹਾ ਡੁੱਲਾ ਮਾਹੌਲ ਹੁੰਦਾ ਹੈ, ਤਾਜ਼ਾ ਆਬੋਹਵਾ ਹੁੰਦੀ ਹੈ, ਬਹੁਤ ਜ਼ਿਆਦਾ ਅੱਛਾ ਲੱਗਾ ਮੈਨੂੰ, ਬੜੀ ਖੁਸ਼ੀ ਹੋਈ ਮੈਨੂੰ ਤੁਹਾਡੇ ਕੋਲ। ਅਤੇ ਪਿੰਡ ਦੇ ਵਿੱਚ ਅਤੇ ਸ਼ਹਿਰ 'ਚ ਕੀ ਫਰਕ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਫਰਕ ਨੇ ਪਿੰਡ ਦਾ ਮਾਹੌਲ ਅਤੇ ਸ਼ਹਿਰ ਦੇ ਮਾਹੌਲ ਵਿੱਚ। ਪਿੰਡ ਦਾ ਮਾਹੌਲ ਖੁੱਲ੍ਹਾ ਹੈ, ਆਜ਼ਾਦ ਫਜ਼ਾ ਹੁੰਦੀ ਹੈ, ਦੂਰ ਦੂਰ ਤੱਕ ਕਿ ਤਾਜ਼ਾ ਹਵਾ। ਲੇਕਿਨ ਜਿਹੜਾ ਸ਼ਹਿਰ ਦਾ ਮਾਹੌਲ, ਉਹ ਤੰਗ ਤੰਗ ਜਗ੍ਹਾ ਹੁੰਦੀਆਂ ਨੇ ਜੀ ਜੀ, ਤੰਗ ਨਜ਼ਰੀ ਇਸ ਤਰ੍ਹਾਂ ਜੀ ਜੀ, ਕਿਉਂਕਿ ਬਹੁਤ ਜ਼ਿਆਦਾ ਫਰਕ ਹੈ ਉਹਦਾ ਸਮਾਨ। ਬਸ ਸਹੂਲਤਾਂ ਹੈ ਨਾ ਥੋੜ੍ਹੀਆਂ ਸ਼ਹਿਰ ਵਿੱਚ ਜੀ ਜੀ, ਲੇਕਿਨ ਜਿਹੜੀਆਂ ਪਿੰਡ ਦੀਆਂ ਸਹੂਲਤਾਂ ਨੇ ਉਹ ਬਹੁਤ ਜ਼ਿਆਦਾ ਮਜ਼ੇਦਾਰ ਹੁੰਦੀਆਂ ਨੇ, ਉਹਨੂੰ ਇੰਜੋਏ ਕਰਨਾ ਚਾਹੀਦਾ ਹਰ ਮਹੀਨੇ 'ਚ, ਚਾਹੇ ਜਿਸ ਵੀ ਤੁਹਾਨੂੰ ਟਾਈਮ ਕੱਢ ਕੇ ਲਾਜ਼ਮੀ ਪਿੰਡ ਦਾ ਮਾਹੌਲ ਇੰਜੋਏ ਕਰਨਾ ਚਾਹੀਦਾ। ਤਾਂ ਕਿ ਤੁਸੀਂ ਆਮ ਸੁਣਿਆ ਹੈਗਾ ਤੁਸੀਂ ਕਿ ਸਿਹਤ ਤੰਦਰੁਸਤੀ ਜਿਹੜੀ ਨਿਯਮਤ, ਉਹ ਉਸ ਚੀਜ਼ ਦੀ ਜੋ ਅੱਲਾਹ ਤਾਲਾ ਨੇ ਕੋਈ ਕਿ ਨਹੀਂ ਚੀਜ਼ ਬਣਾਈ, ਉਹ ਹੋਏ ਉਹ ਸਿਰਫ ਤੁਹਾਨੂੰ ਪਿੰਡ ਦੇ ਮਾਹੌਲ 'ਚ ਹੀ ਤੁਹਾਨੂੰ ਮਿਲੇਗੀ। ਅੱਜ ਬਾਕੀ ਸ਼ਹਿਰੀ ਮਾਹੌਲ 'ਚ ਇਹੋ ਜਿਹੀ ਚੀਜ਼ ਤੁਹਾਨੂੰ ਨਹੀਂ ਮਿਲੇਗੀ। ਸਿਹਤ ਔਰ ਤੰਦਰੁਸਤੀ ਜਿਹੜੀ ਹੈ ਨਾ, ਉਹ ਅੱਲਾਹ ਦੀ ਤਰਫੋਂ ਜਿਹੜੀ ਹੈ, ਹਜ਼ਾਰ ਨਿਯਮਤ, ਹਜ਼ਾਰ ਨਿਯਮਤ ਹੈ, ਉਹ ਬਸ ਪਿੰਡ ਦੇ ਮਾਹੌਲ ਵਿੱਚ ਹੀ ਕਿ ਉਹਦੇ ਮੌਕੇ ਮੁਯੱਸਰ ਆ ਸਕਦੀ ਨੇ। ਲੇਕਿਨ ਸ਼ਹਿਰੀ ਮਾਹੌਲ ਹੈ ਨਾ, ਉਹਦੇ 'ਚ ਇਹ ਚੀਜ਼ ਮੁਯੱਸਰ ਨਹੀਂ ਆਉਂਦੀ। ਜੀ ਬਿਲਕੁਲ, ਪਿੰਡ ਦੀ ਮਾਹੌਲ ਦੀ ਸੈਰ ਕਰਨੀ ਚਾਹੀਦੀ ਹੈ ਹਰ ਇੱਕ, ਇਹ ਮੇਰਾ ਮਸ਼ਵਰਾ। ਜੀ ਜਨਾਬ, ਹੁਣ ਤੁਹਾਨੂੰ ਕਰਾਉਂਦੇ ਹਾਂ ਜੀ ਅਸੀਂ ਆਪਣੇ ਮਾਲਟੇ ਦੇ ਬਾਗ ਅਤੇ ਅਮਰੂਦ ਦੇ ਬਾਗ ਦੀ ਸੈਰ। ਬਿਲਕੁਲ ਲਾਜ਼ਮੀ ਦੇ। ਅਤੇ ਮੇਰੇ ਨਾਲ ਜੀ ਉਹ ਫੈਮਿਲੀ ਪਿੱਛੇ ਜਿਹੜੇ ਨਾਲ ਸੈਲਫੀਆਂ ਲੈਣ ਡਈ ਹੈ, ਅਤੇ ਬੱਚੇ ਕਰਨ ਦੇ ਨੇ ਖੂਬ ਇੰਜੋਏ ਖੇਤਾਂ ਦੇ ਵਿੱਚ ਆ ਕੇ। ਅਤੇ ਅਸਾਂ ਵੀ ਜਨਾਬ ਅੱਜ ਪਾਣ ਪਾਇਆ ਮੂੰਹ ਦੇ ਵਿੱਚ, ਕਿਉਂਕਿ ਦੋ ਦਿਨ ਤੋਂ ਜਨਾਬ ਪਾਣ ਘਰ ਹੀ ਪਿਆ ਸੀ, ਦਿਲ ਨਹੀਂ ਕਰਨ ਡਿਆ ਦਾ। ਲੇਕਿਨ ਅਸੀਂ ਕਿਹਾ ਹੁਣ ਬਾਹਰ ਫਿਰਨ ਤੁਰਨ ਵਾਸਤੇ ਜਾਣ ਡੇ ਹਾਂ, ਅਤੇ ਪਾਣ ਵੀ ਜਿਹੜਾ ਨਾ ਉਹ ਅਸੀਂ ਅੱਜ ਖਾਈਏ ਜ਼ਰੂਰ। ਅਤੇ ਚਲੋ ਜਨਾਬ ਚੱਲਨੇ ਹਾਂ ਉਸ ਤਰਫ ਤੇ, ਦੇਖ ਰਹੇ ਜੀ ਬੱਚੇ ਕੀ ਕਰ ਰਹੇ ਨੇ। ਚੀਟਿੰਗ 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 ਕਰਤਾ ਹੈ ਤੂੰ। ਸਾਹਮਣੇ ਜੀ ਬੱਚੇ ਗੰਦਮ ਦੀ ਫਸਲ ਦੇ ਵਿੱਚ ਪਿਕਸ ਵਗੈਰਾ ਲੈ ਰਹੇ ਨੇ, ਸੈਲਫੀਆਂ ਲੈ ਰਹੇ ਨੇ, ਅਤੇ ਬੜੇ ਖੁਸ਼ ਜੇ ਜਿਹੜੇ ਨਾ ਹੋ ਰਹੇ ਨੇ। ਅਤੇ ਇਸ ਮਾਹੌਲ ਨੂੰ ਬੱਚੇ ਕਰਨਾ ਚਾਹੁੰਦੇ ਹਨ ਇੰਜੋਏ, ਅਤੇ ਬੱਚੇ ਜਨਾਬ ਉਹਨੂੰ ਕਰ ਰਹੇ ਨੇ ਖੂਬ ਇੰਜੋਏ। ਚਲੋ ਬਈ ਅੱਗੇ ਵੀ ਜਾਣਾ, ਅੱਗੇ ਵੀ ਕੁਛ ਦੇਖਣਾ, ਆ ਜਾਓ ਆ ਜਾਓ। ਲੀਜੇ ਜੀ, ਬੱਚੋਂ ਨੇ ਲਗਾ ਦੀ ਹੈ ਦੌੜ, ਤੂੰ ਦੇਖ ਕੇ ਕੌਣ ਜੋ ਹੈ ਨਾ ਇਨਮੇ ਸੇ ਵਿਨ ਕਰਤਾ ਹੈ। ਯੇ ਜੀ ਵਸੀ ਵਿਨ ਕਰ ਰਿਹਾ, ਵਸੀ ਕਰ ਗਿਆ ਜੀ ਵਿਨ। ਅੱਜ ਸੈਕਿੰਡ ਨੰਬਰ 'ਤੇ ਆਸ਼ਾ ਥਰਡ 'ਤੇ ਹੈ। ਚਲੋ ਬਈ ਆ ਜਾਓ ਆ ਜਾਓ ਆ ਜਾਓ ਆ ਜਾਓ। ਮੀਤ ਭਾਈ, ਸਾਡੇ ਨਾ ਮੋਸਟਲੀ ਜਿਹੜੇ ਜਿੰਨੇ ਡੇਰੇ ਨੇ ਨਾ, ਮਾਸ਼ਾਅੱਲਾ ਸਾਰੇ ਆਬਾਦ ਨੇ ਔਰ ਬੜੇ ਖੂਬਸੂਰਤ ਸਾਰੇ ਡੇਰੇ ਨੇ। ਜਿੰਨੇ ਵੀ ਇੱਥੇ ਜਨਾਬ ਕਿਸਾਨ ਰਹਿੰਦੇ ਨੇ ਨਾ, ਬੜੀ ਮਾਸ਼ਾਅੱਲਾ ਆਪਣੇ ਮੁਲਕ ਵਾਸਤੇ ਮਿਹਨਤ ਕਰਦੇ ਨੇ, ਖੂਬ ਆਪਣਾ ਮੁਲਕ ਦੇ ਜਨਾਬ ਤਰੱਕੀ ਦੇ ਵਿੱਚ ਜਿਹੜਾ ਉਹਨਾਂ ਦਾ ਬੜਾ ਅਹਿਮ ਕਿਰਦਾਰ ਹੈ। ਅਤੇ ਅਸੀਂ ਸਲਾਮ ਅਤੇ ਸਲੂਟ ਪੇਸ਼ ਕਰਦੇ ਜੀ ਆਪਣੇ ਇਹਨਾਂ ਕਿਸਾਨਾਂ ਨੂੰ। ਜਿਹੜੇ ਇੰਨੀ ਮਿਹਨਤ ਕਰਕੇ
ਮੁਲਕ ਨੂੰ ਜਨਾਬ ਖੁਸ਼ਹਾਲੀ ਦੀ ਤਰਫ ਔਰ ਮੁਲਕ ਨੂੰ ਬਿਹਤਰੀ ਦੀ ਤਰਫ ਲੈ ਕੇ ਜਾਂਦੇ ਨੇ। ਅਤੇ ਅਸੀਂ ਜਨਾਬ ਹੁਣ ਪਹੁੰਚਣ ਵਾਲੇ ਹਾਂ ਮਾਲਟੇ ਦੇ ਬਾਗ ਦੇ ਵਿੱਚ। ਬੱਚੇ ਜੀ ਆ ਗਏ ਨੇ, ਇਹਨਾਂ ਨੂੰ ਲੱਗ ਗਈ ਹੈ ਪਿਆਸ ਅਤੇ ਇੱਥੋਂ ਲੱਗੇ ਨੇ ਪੀਣ ਪਾਣੀ। ਬੇਟਾ ਆ ਕੇ ਫਿਲਟਰ ਲਗਾ ਹੋਇਆ ਉੱਧਰ ਆ ਜਾਓ, ਠੰਡਾ ਪਾਣੀ ਉੱਧਰ ਆਪਕੋ ਮਿਲੇਗਾ, ਫਿਲਟਰ ਲਗਾ ਹੋਇਆ ਉੱਧਰ ਆ ਜਾਓ। ਅਸੀਂ ਜੀ ਪਹੁੰਚ ਗਏ ਹਾਂ ਅਮਰੂਦ ਦੇ ਬਾਗ ਦੇ ਅੰਦਰ। ਤਨਵੀਰ ਭਾਈ ਇਹ ਜੇ ਸਾਡੇ ਪਿੰਡਾਂ ਵਾਲਿਆਂ ਦੀ ਖੂਬਸੂਰਤੀ, ਇਹ ਜੇ ਸਾਡੇ ਜਨਾਬ ਪਿੰਡ, ਅਤੇ ਦੇਖ ਸਕਦੇ ਮਾਸ਼ਾਅੱਲਾ ਕਿੰਨੇ ਖੂਬਸੂਰਤ ਬਾਗ ਨੇ। ਤੁਹਾਨੂੰ ਅੱਗੇ ਅਮਰੂਦ ਦੇ ਬਾਗ 'ਚ ਵੀ ਖੜ੍ਹਨੇ ਆ। ਅਤੇ ਇਹ ਵੇਖੋ ਜੀ ਮਾਸ਼ਾਅੱਲਾ ਬੜਾ ਜ਼ਬਰਦਸਤ ਫਲ ਜਿਹੜਾ ਵੇਨਾ ਇਹ ਲੱਗਾ ਹੋਇਆ ਜੀ। ਨਵੀਦ ਭਾਈ ਅਸੀਂ ਪੁੱਛਦੇ ਹਾਂ ਪਹਿਲਾਂ ਉਹਨਾਂ ਨੂੰ ਅਤੇ ਫਿਰ ਇਨਸ਼ਾਅੱਲਾ ਤੁਹਾਨੂੰ ਖਿਲਾਉਂਦੇ ਹਾਂ ਅਸੀਂ ਇੱਥੋਂ ਅਮਰੂਦ। ਇਹ ਮੇਰੇ ਹੱਥ ਦੇ ਵਿੱਚ ਜੀ ਬੜਾ ਖੂਬਸੂਰਤ ਮਾਸ਼ਾਅੱਲਾ ਛੋਟਾ ਜਿਹਾ ਅਮਰੂਦ ਅਤੇ ਲੱਗਦਾ ਗੁਲਾਬੀ ਅਮਰੂਦ ਹੈ। ਵਾਹ ਕਿਆ ਸੀਨ ਹੈ। ਬਾਗ ਵਾਲੇ ਕੋਲ ਲੈ ਲਈਏ ਇਜਾਜ਼ਤ, ਅਤੇ ਇਜਾਜ਼ਤ ਲੈ ਕੇ ਉਹਨਾਂ ਕਿਹਾ ਜੀ ਤੁਸੀਂ ਜਾਓ, ਕੋਈ ਗੱਲ ਨਹੀਂ, ਕੋਈ ਮਸਲਾ ਨਹੀਂ, ਸਿਰਫ ਬੱਚੇ ਨੁਕਸਾਨ ਨਾ ਕਰਨ, ਬਾਕੀ ਅਮਰੂਦ ਖਾਣੇ ਨੇ ਉਹਨਾਂ ਨੇ ਖਾਣ। ਅਤੇ ਬੱਚੇ ਕਰੀ ਸੈਲਫੀਆਂ ਵਗੈਰਾ ਲੈ ਆਏ ਨੇ, ਅਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਫਲ, ਅਤੇ ਫਲ ਦਿਖਾਉਣ ਤੋਂ ਬਾਅਦ ਅਸੀਂ ਚੱਲਾਂਗੇ ਮਾਲਟੇ ਦੇ ਬਾਗ ਦੇ ਅੰਦਰ। ਮਾਸ਼ਾਅੱਲਾ ਜੀ ਤਾਜ਼ੇ ਤਾਜ਼ੇ ਅਮਰੂਦ ਅਤੇ ਲੱਗਣ ਡੇ ਨੇ ਬੜੇ ਹੀ ਸੋਹਣੇ। ਵੀਰ ਭਾਈ ਖਾਓ, ਇਜਾਜ਼ਤ ਸਾ ਲਈਏ ਇੱਕ ਅੱਧਾ ਅਸੀਂ ਖਾ ਸਕਦੇ ਹਾਂ, ਕਿਉਂਕਿ ਉਹਨਾਂ 'ਤੇ ਜੀ ਇਹਨਾਂ ਦੇ ਦਿੱਤੇ ਨੇ ਪੈਸੇ, ਅਤੇ ਅਸੀਂ ਆਪਣਾ ਬਿਲਾ ਵਜੋਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਅਤੇ ਅੱਲਾਹ ਤਾਲਾ ਜੀ ਉਹਨਾਂ 'ਤੇ ਆਪਣਾ ਕਰਮ ਫਜ਼ਲ ਕਰੇ। ਹੈਲੋ ਇਹ ਲਓ ਬੱਚੋ, ਇਹ ਜੀ ਗਰਮੀ ਦਾ ਜਿਹੜਾ ਫਲ ਹੈ ਨਵੀਦ ਭਾਈ ਹੈ ਉਹ ਵੇ ਬਿਲਕੁਲ, ਅਤੇ ਆਓ ਤੁਹਾਨੂੰ ਅੱਗੇ ਵੀ ਮੈਂ ਦਿਖਾਵਾਂ। ਆਓ ਕਿਆ ਬਾਤ ਹੈ ਜੀ, ਲੱਗਦਾ ਬੱਚਿਆਂ ਨੂੰ ਮਜ਼ਾ ਆਇਆ ਖੂਬ। ਦੇਖੋ ਜੀ ਅਮਰੂਦ ਹੀ ਅਮਰੂਦ, ਮਾਸ਼ਾਅੱਲਾ। ਆਪ ਨੇ ਨਹੀਂ ਖਾਣਾ? ਬੜਾ ਮਜ਼ੇ ਕਾ ਯਾਰ। ਇਮਾਨ ਸੇ ਫੁੱਲ ਮਿੱਠਾ ਅਮਰੂਦ, ਚਾਹ ਮਜ਼ੇ ਵਾਲਾ। ਵੀਰ ਭਾਈ ਖਾਓ, ਨਰਮ ਚਲੋ ਜੀ ਬੱਚਿਆਂ ਨੂੰ ਉੱਧਰੋਂ ਲਈਏ, ਅਤੇ ਹੁਣ ਅਸੀਂ ਚੱਲਦੇ ਹਾਂ ਜੀ ਅੱਗੇ ਮਾਲਟੇ ਦੇ ਬਾਗ ਦੇ ਵਿੱਚ, ਅਤੇ ਉੱਧਰ ਤੋਂ ਤੁਹਾਨੂੰ ਜਿਹੜਾ ਨਾ ਵਿਊ ਵਿਖਾਉਂਦੇ ਹਾਂ। ਇਹ ਜੀ ਸਾਹਮਣੇ ਫੈਮਿਲੀ ਜਿਹੜੀ ਹੈ ਨਾ ਸਾਡੀ, ਉਹ ਜੀ ਕਰਨ ਡਈ ਹੈ ਖੂਬ ਇੰਜੋਏ। ਚਲੋ ਬਈ ਆ ਜਾਓ ਹੁਣ ਅੱਗੇ ਆ ਜਾਓ, ਸੈਰ ਕਰੀਏ ਅਤੇ ਚੱਲੀਏ। ਪਿੱਛੋਂ ਫੋਨ ਆਉਣੇ ਸ਼ੁਰੂ ਹੋ ਗਏ ਨੇ, ਨੁਕਸਾਨ ਨਹੀਂ ਜੇ ਕਰਨਾ ਦੇਣ 'ਚ ਰੱਖਿਓ, ਜੇ ਨੁਕਸਾਨ ਕੀਤਾ ਤਾਂ ਤੁਹਾਡੇ ਕੰਨ ਤੋੜ ਦਾਂਗੇ। ਆ ਜਾਓ ਆ ਜਾਓ ਆ ਜਾਓ, ਕਿਆ ਹੋਇਆ ਭੌਂਕੋ ਖਰਾਬ ਹੋ ਗਏ? ਚਲੋ ਫਿਰ ਆ ਜਾਓ ਆ ਜਾਓ ਜੀ। ਪਹੁੰਚ ਗਏ ਹਾਂ ਮਾਲਟੇ ਦੇ ਬਾਗ ਦੇ ਅੰਦਰ, ਅਤੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਇੱਥੇ ਲੱਗਾ ਹੈ ਪਾਣੀ, ਅਤੇ ਅਗਰ ਵਿੱਚ ਜਾਈਏ ਤਾਂ ਫਿਰ ਜ਼ਾਹਰ ਹੈ ਆਪਣਾ ਜੀ ਪਾਣੀ ਦੇ ਨਾਲ ਅਸਾਂ ਭਿੱਜ ਜਾਣਾ, ਅਤੇ ਸਾਡੇ ਜੁੱਤੀਆਂ ਛੁੱਤੀਆਂ ਜਿਹੜੀਆਂ ਇਹਨਾਂ ਨਾਲ ਉਹ ਤਬਾਹ ਹੋ ਜਾਣੀਆਂ ਨੇ। ਅਤੇ ਇਸ ਵਾਸਤੇ ਅਸੀਂ ਬਾਹਰੋਂ ਬਾਹਰ ਜਿਹੜੀ ਨਾ ਸੈਰ ਤੁਹਾਨੂੰ ਕਰਾਉਂਦੇ ਹਾਂ। ਇਸ ਦਫ਼ਾ ਇਹਨੂੰ ਫਲ ਜਿਹੜਾ ਲੱਗਾ ਸੀ ਉਹਦਾ ਕੱਚਾ ਸੀ, ਅਤੇ ਇਹ ਉਤਾਰ ਦਿੱਤਾ ਗਿਆ ਸੀ ਤਾਂ ਕਿ ਅਗਲੀ ਦਫ਼ਾ ਇਹਨੂੰ ਜ਼ਿਆਦਾ ਫਲ ਲੱਗੇ ਔਰ ਮਿੱਠਾ ਫਲ ਜਿਹੜਾ ਨਾ ਅਤੇ ਮੋਟਾ ਫਲ ਉਹ ਲੱਗੇ। ਵੀਰ ਭਾਈ ਸੁਣਾਓ ਕੈਸਾ ਲੱਗਾ ਇਹਦਾ? ਅੱਛਾ ਮਾਸ਼ਾਅੱਲਾ। ਇਹ 5 ਏਕੜ ਦੇ ਵਿੱਚ ਜੇ ਆਪਣਾ ਅਮਰੂਦ ਔਰ ਜਿਹੜਾ ਮਾਲਟੇ ਦਾ ਬਾਗ ਹੈ ਨਾ, ਇਹ 5 ਏਕੜ ਦੇ ਵਿੱਚ। ਅਤੇ ਚਲੀਏ ਹੁਣ ਵਾਪਸੀ ਦੀ ਤਰਫ ਭਾਈ। ਲਓ ਜੀ ਮਾਸ਼ਾਅੱਲਾ ਕਾਫੀ ਬੱਚਿਆਂ ਨੇ ਕੀਤਾ ਇੰਜੋਏ,
ਬੱਚਿਆਂ ਨੇ ਬੜਾ ਅੱਛਾ ਲੱਗਾ। ਨਵੀਨ ਭਾਈ ਤੁਹਾਨੂੰ ਕਿਹਾ ਲੱਗਾ? ਬਹੁਤ ਮਜ਼ਾ, ਖੁਸ਼ੀ ਦੀ ਤਾਂ ਆਈ ਨਹੀਂ, ਮੈਨੂੰ ਬੜਾ ਬੜਾ ਅੱਛਾ ਲੱਗਾ। ਅਤੇ ਫਿਰ ਫਿਰ ਚੱਕਰ ਟਾਈਮੋ ਟਾਈਮ ਲਾਉਂਦੇ ਰਿਹਾ ਕਰੋ ਇਨਸ਼ਾਅੱਲਾ, ਕਿਉਂ ਅਤੇ ਮਾਹੌਲ ਇੰਜੋਏ ਕਰਨਾ ਚਾਹੀਦਾ। ਲਓ ਜੀ, ਇਹਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਹੋ ਗਈ ਮੁਕੰਮਲ। ਅਗਰ ਮੇਰੀ ਵੀਡੀਓ ਲੱਗੇ ਚੰਗੀ ਤਾਂ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਅਤੇ ਜਿਹੜੇ ਦੋਸਤ ਮੇਰੇ ਚੈਨਲ 'ਤੇ ਨਏ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।